ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਮਾ, ਡਾਕਟਰ ਰਤਨ ਸਿੰਘ ਅਜਨਾਲਾ ਦੀ ਹਾਜ਼ਰੀ ਵਿੱਚ ਸ਼ਾਮਲ ਹੋਏ। ਕਰਨੈਲ ਸਿੰਘ ਪੀਰ ਮੁਹੰਮਦ ਦਾ ਕਹਿਣਾ ਹੈ ਕਿ ਉਹ ਬਿਨਾਂ ਕਿਸੇ ਕੁਰਸੀ ਦੀ ਲਾਲਸਾ ਬਲਕਿ ਕੌਮੀ ਜਜ਼ਬੇ ਨਾਲ ਸ਼ਾਮਲ ਹੋਏ ਹਨ। ਜਿਨ੍ਹਾਂ ਨੂੰ ਲੋਕ ਅੱਜ ਮੈਂ ਦੱਸਣਾ ਚਾਹਾਂਗਾ, ਮੈਂ ਗੁਰਦੁਆਰਾ ਸਾਹਿਬ ਗਿਆ ਔਰ ਕਹਿੰਦੇ ਕਿ ਕਿਹੜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ, ਮੈਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਕਹਿੰਦੇ ਇੱਕੋ ਹੀ ਅਕਾਲੀ ਦਲ ਰਹਿ ਗਿਆ। ਸੋ ਅਸੀਂ ਲੰਮੇ ਸਮੇਂ ਤੋਂ ਬਾਅਦ ਇਹ ਜਿਹੜਾ ਫੈਸਲਾ ਕੀਤਾ, ਇਹ ਬੜੀ ਸੋਚ ਵਿਚਾਰ ਤੋਂ, ਕਿਸੇ ਅਹੁਦੇ ਵਾਸਤੇ ਨਹੀਂ, ਕਿਸੇ ਹੋਰ ਮਸਲੇ ਵਾਸਤੇ ਨਹੀਂ। ਇੱਥੇ ਅੱਜ ਪਾਰਟੀਆਂ ਜਿਹੜੀਆਂ ਅਲੱਗ ਅਲੱਗ ਬਣਦੀਆਂ ਨੇ, ਉਹਨਾਂ ਪਾਰਟੀਆਂ ਦੇ ਵਿੱਚ ਲਗਾਤਾਰ ਲੋਕ ਸੋਚਦੇ ਨੇ, ਵਿਚਾਰਦੇ ਨੇ ਕਿ ਸਾਨੂੰ ਕੀ ਹਾਸਲ ਹੋਵੇਗਾ। ਸੋ ਸਾਡੇ ਸਾਹਮਣੇ ਕੌਮੀ ਜਜ਼ਬਾ, ਸਾਡੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਹੈ ਕਿ ਅਸੀਂ ਆਪਣੀ ਇਸ ਪਾਰਟੀ ਨੂੰ, ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡੇ ਪੁਰਖਿਆਂ ਨੇ ਸਿਰਜਿਆ ਔਰ ਜਿਨ੍ਹਾਂ ਦੇ ਵਿੱਚ ਜਥੇਦਾਰ ਬ੍ਰਹਮਪੁਰਾ ਵਰਗੇ, ਜਥੇਦਾਰ ਸੇਖਵਾਂ ਵਰਗੇ, ਡਾਕਟਰ ਅਜਨਾਲਾ ਵਰਗੇ, ਜਿਨ੍ਹਾਂ ਸ਼ਖਸੀਅਤਾਂ ਦੇ ਮੈਂ ਨਾਮ ਲਏ ਨੇ, ਇਹ ਵਿੱਚ ਅੱਜ ਅੱਗੇ ਆਏ ਨੇ। ਅਸੀਂ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ। ਮੈਂ ਜਿਹੜਾ ਆਪਣਾ ਪੋਲੀਟੀਕਲ ਖੇਤਰ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਮੇਰਾ ਯੋਗਦਾਨ ਸੀ, ਉਹ ਕੈਪਟਨ ਕਮਲਜੀਤ ਸਿੰਘ ਜੀ ਤੱਕ ਸੀ, ਜਿਹੜੇ ਕਿ ਸਾਡੇ ਕੋਲੋਂ ਵਿਛੜ ਗਏ 2009 ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਦੀ ਅਰਥੀ ਤੱਕ ਉਹਨਾਂ ਦੇ ਨਾਲ ਮੈਂ ਜੁੜਿਆ ਰਿਹਾ ਔਰ ਉਸ ਤੋਂ ਬਾਅਦ ਉਹਨਾਂ ਦੀਆਂ ਯਾਦਾਂ ਦੇ ਨਾਲ ਅੱਜ ਤੱਕ ਜੁੜੇ ਹੋਏ ਹਾਂ। ਲੇਕਿਨ ਉਹ ਜਿਹੜੀ ਟਕਸਾਲੀ ਸੋਚ ਸੀ, ਇੱਥੇ ਜਥੇਦਾਰ ਵਡਾਲੀ ਸਾਹਿਬ ਬੈਠੇ ਨੇ, ਅਸੀਂ ਇਕੱਠੇ ਹੁੰਦੇ ਸੀ ਕੈਪਟਨ ਸਾਹਿਬ ਦੇ ਨਾਲ, ਅਤੇ ਉਹ ਸਾਨੂੰ ਓਨਾ ਹੀ ਮਾਣ ਮਹਿਸੂਸ ਕਰਾਉਂਦੇ ਸੀ ਜਿਵੇਂ ਉਹ ਆਪ ਇੱਕ ਅਹੁਦੇ ਦੇ ਉੱਪਰ ਬੈਠੇ ਸਨ। ਅਤੇ ਮੈਂ ਅੱਜ ਮਾਣ ਮਹਿਸੂਸ ਕਰਦਾ ਕਿ ਅਸੀਂ ਇੱਕ ਇਸ ਤਰ੍ਹਾਂ ਦੇ, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਜਿਹਦੀ ਅਸੀਂ ਸੁਪਨਿਆਂ ਦੇ ਵਿੱਚ ਸੋਚਦੇ ਹਾਂ ਕਿ ਕਦੇ ਦੁਬਾਰਾ ਆਵੇਗਾ, ਉਸ ਦੀ ਇਹਨਾਂ ਨੇ ਸਿਰਜਣਾ ਕੀਤੀ ਹੈ ਅਤੇ ਉਸ ਦੇ ਵਿੱਚ ਅਸੀਂ ਅੱਜ ਸ਼ਾਮਿਲ ਹੋਣ ਜਾ ਰਹੇ ਹਾਂ ਔਰ ਉਸ ਦੇ ਵਿੱਚ ਐਜ ਇੱਕ ਵਰਕਰ ਦੇ ਤੌਰ ਦੇ ਉੱਤੇ ਅਸੀਂ ਆਪਣੀਆਂ ਸੇਵਾਵਾਂ ਨਿਭਾਵਾਂਗੇ ਔਰ ਪੰਥ ਪ੍ਰਸਤੀ ਦੇ ਵਿੱਚ ਜਿੰਨਾ ਕੁ ਯੋਗਦਾਨ ਪਾ ਸਕਦੇ ਹਾਂ। ਮੈਂ ਅਕਸਰ ਕਹਿੰਦਾ ਕਿ ਜਿਵੇਂ ਚਿੜੀ ਆਪਣੀ ਚੁੰਝ ਨਾਲ ਪਾਣੀ ਲੈ ਕੇ ਜੰਗਲ ਦੀ ਅੱਗ ਨੂੰ ਬੁਝਾਉਣਾ ਚਾਹੁੰਦੀ ਹੈ, ਸਾਡਾ ਉਹਨਾਂ ਕੋ ਯੋਗਦਾਨ ਹੈ। ਅਸੀਂ ਪੰਥ ਦੀ ਕਚਹਿਰੀ ਦੇ ਵਿੱਚ ਆਪਣਾ, ਉਹਨਾਂ ਕੋ ਪੰਜਾਬ ਦੀ ਕਚਹਿਰੀ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ।